ਭਾਰਤ ਨੂੰ ਕੇਵਲ ਅੰਗਰੇਜ਼ਾਂ ਨੇ ਹੀ ਗੁਲਾਮ ਨਹੀਂ ਸੀ ਬਣਾਇਆ, ਭਾਰਤ ਸਦੀਆਂ ਤੋਂ ਗੁਲਾਮ ਚੱਲਿਆ ਆ ਰਿਹਾ ਸੀ। ਅੰਗਰੇਜ਼ਾਂ ਨੇ ਭਾਰਤ ਨੂੰ ਰਾਜਨੀਤਿਕ, ਆਰਥਿਕ ਅਤੇ ਸੱਭਿਆਚਾਰਕ ਪੱਖੋਂ ਨਵੀਂ ਤਰਤੀਬ ਦਿੱਤੀ। ਅੰਗਰੇਜ਼ਾਂ ਨੇ ਫੌਜੀ ਅਹੁਦੇ ਸਥਾਪਿਤ ਕੀਤੇ, ਭੀੜ ਦੀ ਥਾਂ ਤਰਤੀਬ ਨਾਲ ਪਰੇਡ ਕਰਦਿਆਂ ਚੱਲਣ ਦਾ ਰਿਵਾਜ਼ ਪਾਇਆ, ਜਿਸ ਕਾਰਨ ਫੌਜ ਦੀ ਨੌਕਰੀ ਨੇ ਹਰ ਕਿਸੇ ਨੂੰ ਆਕਰਸ਼ਿਤ ਕੀਤਾ। ਉਹਨਾਂ ਨੇ ਸਭ ਲਈ ਸਕੂਲ ਕਾਲਜ ਖੋਲ੍ਹੇ, ਡਾਕਖਾਨੇ, ਡਿਸਪੈਂਸਰੀਆਂ, ਹਸਪਤਾਲ ਅਤੇ ਯਤੀਮਖਾਨੇ ਖੋਲ੍ਹੇ, ਨਹਿਰਾਂ ਖੁਦਵਾਈਆਂ, ਸੜਕਾਂ ਬਣਵਾਈਆਂ ਅਤੇ ਪੁਲ ਉਸਾਰੇ, ਮੰਡੀਆਂ ਸਥਾਪਿਤ ਕੀਤੀਆਂ, ਰੇਲ ਚਲਾਈ, ਥਾਣੇ ਅਤੇ ਅਦਾਲਤਾਂ ਸਥਾਪਿਤ ਕੀਤੀਆਂ, ਕਾਨੂੰਨ ਦੇ ਸਾਹਮਣੇ ਬ੍ਰਾਹਮਣ ਅਤੇ ਸ਼ੂਦਰ ਨੂੰ ਬਰਾਬਰ ਖੜਾ ਕੀਤਾ, ਲੜਕੀਆਂ ਦੀ ਪੜ੍ਹਾਈ ਦਾ ਖਾਸ ਪ੍ਰਬੰਧ ਕੀਤਾ। ਉਹ ਵਿਦੇਸ਼ ਤੋਂ ਆਏ ਸਨ, ਇਸ ਲਈ ਉਹ ਨਿਰਪੱਖ ਸਨ, ਉਹ ਵਕਤ ਦੇ ਪਾਬੰਦ ਸਨ। ਉਹਨਾਂ ਨੇ ਭਾਰਤ ਨੂੰ ਬਹੁਤ ਕੁਛ ਦਿੱਤਾ, ਸਿਰਫ ਇੱਕ ਚੀਜ਼ ਨਹੀਂ ਦਿੱਤੀ, ਅਤੇ ਉਹ ਸੀ ਆਜ਼ਾਦੀ ਦਾ ਸਾਹ। ਗੁਲਾਮੀ ਦੀਆਂ ਜ਼ੰਜੀਰਾਂ ਭਾਵੇਂ ਸੋਨੇ ਦੀਆਂ ਵੀ ਹੋਣ, ਪਰ ਉਹ ਆਜ਼ਾਦੀ ਦੀ ਜਗ੍ਹਾ ਨਹੀਂ ਲੈ ਸਕਦੀਆਂ। ਸਾਡੇ ਦੇਸ਼ ਭਗਤਾਂ ਨੇ ਆਪਣੀ ਜਾਨ 'ਤੇ ਖੇਡ ਕੇ ਗੁਲਾਮੀ ਦੀਆਂ ਜ਼ੰਜੀਰਾਂ ਲਾਹ ਸੁੱਟੀਆਂ। ਹੁਣ ਪ੍ਰਸ਼ਨ ਇਹ ਨਹੀਂ ਕਿ ਉਹਨਾਂ ਨੇ ਭਾਰਤ ਨੂੰ ਗੁਲਾਮ ਬਣਾਈ ਰੱਖਿਆ ਅਤੇ ਸਾਡੇ ਬਹੁਤ ਸਾਰੇ ਦੇਸ਼ ਭਗਤਾਂ ਨੂੰ ਆਪਣੀਆਂ ਜਾਨਾਂ ਵਾਰਨੀਆਂ ਪਈਆਂ। ਪ੍ਰਸ਼ਨ ਇਹ ਹੈ ਕਿ ਅਸੀਂ ਆਜ਼ਾਦ ਹੋ ਕੇ ਆਪਣੇ ਦੇਸ਼ ਵਿੱਚ ਅੰਗਰੇਜ਼ਾਂ ਤੋਂ ਬਿਹਤਰ ਰਾਜ ਪ੍ਰਬੰਧ ਕਿਉਂ ਸਥਾਪਿਤ ਨਹੀਂ ਕਰ ਸਕੇ। ਵਿਚਾਰ ਨਰਿੰਦਰ ਸਿੰਘ ਕਪੂਰ ਦੇ ਵਿਚਾਰਾਂ ਉੱਪਰ ਆਧਾਰਿਤ। ਆਵਾਜ਼ ਸਰਬਜੀਤ ਸਿੰਘ।